ऐसा नाम निरंजन हो, सर्वात्म
पंचुनार पंचम हर को दुसा सुनाव मंगल मरमर बगाव लंप गला बलगाव हे अपने अपने भांत हर साहिब रह पर समलाए पंचो अरद सुरमानंद पास कर आए चंद्र ब्रह्म सुहाय सस बाणो है बिनोदा गाव सरस बसंत बनोदा आठ पुत्र मैं कहे सुवारे उन्हें आए दीपक के बारे आचल पट मंदरे टोटे कहे आलाप कामोद आगू गरे संदीप के ताप कालंका कुंतल अवरा महा कमल कुसुम चंप के नाम दौरा तना कर पुत्र दीप के दान सब सरे राघव गाव पंच संग बर गाव पैरारी करना तीर गौरी गाव आसावरी तह पाच सदवियां लापे सरे रस पंच तापे शंकर ओ श्यामा मेव राग पुत्र नके नामा हाथ राग अनगाए संग राग ने देस सदा पुत्र राग नके आठ दस देस अष्ट राग अनगाए राग ने सब पुत्र राजन के आठ दस भेस वाहिगुरु जी का खालसा वाहिगुरु जी के फतेह शब्द तो
ਨਾਨਕ ਦਾਸ ਸਦਾ ਗੁਰੂ ਗਾਵੇ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ 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 ਸਾਹਿਬ ਜੀਓ। ਗੁਰਦਾ ਕੇ ਅਰਦਾਸ ਹਮਾਰੀ, ਜੋ ਗੁਰੂ ਸਾਹਿਬ ਤੇਰਾ ਭਗਵਾਨ ਸਾਹਿਬ ਤੇਰੀ ਵਡਿਆਈ, ਕੋਈ ਨਾਉ ਨਾ ਜਾਣ ਮੇਰਾ, ਆਪੇ ਜਾਣੇ ਕਰਿਆ ਪਾਪੇ ਜਾਣੇ ਰਾ, ਕਿਸੇ ਕੇ ਨਾਮ ਦਾ ਕਲੀ ਕੀਤੇ ਅਰਦਾਸ ਕੋਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਆਦਿ ਜੀ ਸਹਾਇ ਵਾਹਿ ਗੁਰੂ ਜੀ ਕੀ ਦਸਵੇਂ ਕਿਰਤਾਨ ਗੁਰੂ ਅਰਜਨ ਤੇ ਗੁਰੂ ਨਾਨਕ ਦੇਵ ਜੀ ਆਏ ਆਪ ਜੀ ਨੂੰ ਸੋਨੇ ਦੇ ਪਛਾਕੇ ਬਣਾਏ ਗਏ ਆਪ ਜੀ ਨੇ ਅੰਗੀਕਾਰ ਕਰਨੇ
ਲੋਕ ਪੁਰ ਲੋਕ ਵਿੱਚ ਸਹਾਇਤਾ ਕਰਨੀ ਸੱਚੇ ਪਾਤਸ਼ਾਹ ਲੀਲਾ ਆਪਣੇ ਬੜਾ ਪ੍ਰਚਲਿਤੇ ਕੀਰਤਨ ਅੱਗੇ ਕਰਤੀ ਪ੍ਰਣਵਤ ਨਾਨਕ ਹੁਕਮ ਪਛਾਣੇ ਸੁੱਖ ਹੋਵੇ ਦਿਨੇ ਰਾਤੀ ਸਦਾ ਹੀ ਸੁੱਖ ਵਰਤਾਉਣੀ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਓ ਸੇਵਕ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਓ ਆਪ ਜੀ ਦੇ ਦਰ 'ਤੇ ਕੜਾ ਪ੍ਰਸ਼ਾਦ ਦੀ ਦੇਖ ਹਾਜ਼ਰ ਹੈ ਅਨੰਤ ਪ੍ਰਕਾਰ ਭੋਜਨ ਗੋਪੀਏ ਬਹੁ ਵਿੰਜਨ ਮਿਸਟਾਏ ਗਰੀ ਪਾਤਸ਼ਾਹ ਸੋਚ ਪਵਿੱਤਰਾ ਹੁਣ ਲਾਭੋ ਭੋਗ ਹਰ ਰਾਏ ਆਵਾਗਮਨ ਦੇ ਚੱਕਰਾਂ ਤੋਂ ਬਚਾ ਕੇ ਆਪਣੇ ਚਰਨਾਂ ਦਾ ਅਨੁਭਵ ਬਖਸ਼ਣਾ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਓ ਇਸ ਵੇਲੇ ਸਾਡੀ ਵਾਰ ਨਾਲ ਆ ਗਈ ਪਾਰ ਬ੍ਰਹਮ ਸ਼ਰਨ ਆਈ ਜੁਗਤ ਤੁਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਦੁੱਖਾਂ ਕਦੇ ਸੰਦਨਾਸ ਕਰਨਾ ਆਪਣੇ ਭਜਨ ਦਾ ਪ੍ਰਤਾਪ ਕਰਨਾ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਓ ਇਸ ਵੇਲੇ ਜੋ ਵੀ ਮਾਈ ਭਾਈ ਆਪ ਜੀ ਦੇ ਦਰ 'ਤੇ ਦਿਲ ਖੋਲ੍ਹ ਕੇ ਹਾਜ਼ਰ ਹੋਇਆ ਦਿਲ ਕੁਲ ਪ੍ਰਵਾਨ ਕਰਨਾ ਹਾਜ਼ਰੀਆਂ ਰੇਖੇ ਵਿੱਚ ਲਾਉਣੀਆਂ ਆਪਣੇ ਦਿਲੋਂ ਕਰੋ ਨਾਮ ਦਾਨ ਗੁਰ ਸਿੱਖੀ ਜੀਵਨ ਬਖਸ਼ਣਾ ਕਰੋ ਕਿਰਪਾ ਆਪਣਾ ਪਵਿੱਤਰ ਹੁਕਮਨਾਮਾ ਬਖਸ਼ੋ ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ੋ ਜੀ ਅਪਰੰਤ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਸਵਾਹ ਸਵਾਹ ਚੇਤਾਵੇ ਅੜੇ ਸੋ ਚੜੇ ਸ਼ਰਨ ਉਪਾਰੇ ਸੋ ਤਰੇ ਸ੍ਰੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਚੜ੍ਹਦੀ ਹੋਵੇ ਕਲਾ ਦਰਸ਼ਨ ਪਰ ਸਿਆ ਗੁਰੂ ਕੈ ਜਨਮ ਮਰਣ ਦੁਖ ਜਾਏ ਵਾਹਿਗੁਰੂ ਵਾਹਿਗੁਰੂ
Thank you.
ਪਿਆਰ ਵਾਲੇ ਭਾਈ ਸਾਹਿਬ ਡਾਕਟਰ ਸੁਰਮੁਖ ਸਿੰਘ ਜੀ, ਡਾਕਟਰ ਸੁਰਮੁਖ ਸਿੰਘ ਜੀ ਜੋ ਕਿ ਬਹੁਤ ਹੀ ਸ਼ਰਧਾਲੂ ਤੇ ਹਰ ਇੱਕ ਜੀਵ ਦੇ ਨਾਲ ਉਹਨਾਂ ਦਾ ਪਿਆਰ, ਹਰ ਇੱਕ ਜੀਵ ਨਾਲ ਖੁਸ਼ ਮਜ਼ਾਕ, ਹਰ ਇੱਕ ਜੀ ਨਾਲ ਜਿਉ ਆਇਆ ਸਤਿਕਾਰ ਕਰਦੇ, ਬੜਾ ਸਤਿਕਾਰ ਕਰਦੇ। ਜਦੋਂ ਦਾਸ ਨੂੰ ਮਿਲਿਆ ਕਰਦੇ ਤੇ ਦਾਸ ਨੂੰ ਆ ਕੇ ਕਰਦੇ, ਬਾਬਾ ਜੀ ਆਪ ਜੀ ਆ ਗਿਆ ਕਰੋ, ਤੇ ਕਹਿੰਦੇ ਕੁਝ ਵੀ ਗਿਆ, ਅਸੀਂ ਵੀ ਕਹਿੰਦੇ ਨਿਤਨੇਮ ਹੀ, ਅਸੀਂ ਵੀ ਨਿਤਨੇਮ ਕਰਦੇ, ਅਸੀਂ ਵੀ ਗੁਰੂ ਦੇ ਸਿੱਖ ਹਾਂ, ਬੜੇ ਪਿਆਰ ਦੇ ਨਾਲ ਉਧਰ ਨੂੰ ਪੁਕਾਰ ਕਰਨੀ। ਦਾਸ ਨੂੰ ਜਾਣੇ ਜਾਣੇ ਰਸ ਨੂੰ ਜੋ ਘੇਰ ਕੇ ਲੈ ਜਾਣਾ, ਜਲ ਪਾਣੀ ਛਕਾਉਣਾ, ਬੜਾ ਵਿਚਾਰ ਕਰਨਾ। ਇਹ ਸਤਸੰਗਤ ਜੀ ਐਸੇ ਗੁਰਮੁਖ ਜਨ ਜੋ ਇਸ ਸੰਸਾਰ ਵਿੱਚ ਆਉਂਦੇ ਹਨ, ਉਹ ਇੰਨਾ ਮਿੱਠਾ ਸੁਭਾਅ, ਇੰਨਾ ਪਿਆਰਾ ਸੁਭਾਅ, ਮਿਲਾਵੜਾ ਸੁਭਾਅ, ਤੇ ਆਪਣੇ ਜੋ ਉਹਨਾਂ ਦਾ ਕਿੱਤਾ ਸੀ ਉਸ ਦੇ ਵਿੱਚ ਵੀ ਪ੍ਰਭਾਵ ਸੰਸਾਰ ਸੰਗਤੀ। ਕਿਸੇ ਡਾਕਟਰ ਕੋਲ ਚਲੇ ਜਾਓ, ਪਹਿਲੋਂ ਟੈਸਟ ਕਰਵਾਉਂਦਾ ਹੈ, ਫਿਰ ਦੱਸਦਾ ਹੈ ਕਿ ਤੈਨੂੰ ਬਿਮਾਰੀ ਹੈ, ਫਿਰ ਦਵਾਈ ਦਿੰਦਾ। ਡਾਕਟਰ ਸਾਹਿਬ, ਡਾਕਟਰ ਸਰਮੁਖ ਸਿੰਘ ਜੀ, ਮਰੀਜ਼ ਤੁਰਿਆ ਹੁੰਦਾ ਹੈ, ਉਸਨੂੰ ਆਪਦੇ ਭਾਈ ਨੂੰ ਤੈਨੂੰ ਇਹ ਮਰਜ਼ ਹੈ, ਤੂੰ ਆਹ ਦਵਾਈ ਖਾ ਲੈ ਠੀਕ ਹੋ ਜਾਵੇਗਾ। ਜੇ ਉਹਨਾਂ ਟੈਸਟ ਲੈ ਕੇ ਵੀ ਲੈਣਾ ਹੈ, ਕਹਿਣਾ ਕਿ ਤੇਰੀ ਤਸੱਲੀ ਵਾਸਤੇ, ਮੇਰੀ ਤਸੱਲੀ ਹੈ ਕਿ ਤੂੰ ਤੇਰੇ ਵਾਸਤੇ ਆਹ ਦਵਾਈ ਜਿਹੜੀ ਹੈ, ਜੋ ਗੁਰਬਾਣੀ ਦਾ ਸ਼ਬਦ ਹੈ, ਇਹ ਉਹਨਾਂ ਦੇ ਲੁਕਦਰ ਸੀ ਕਿ ਜਿਹੜੇ ਜੀ ਨੂੰ ਉਹ ਦਵਾਈ ਦਿੰਦੇ ਸਨ ਤੇ ਉਹ ਪਤਾ ਨੀ ਕਿਸ ਤਰੀਕੇ ਨਾਲ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹਨਾਂ ਨੂੰ ਆਹ ਤਕਲੀਫ ਹੈ ਤੇ ਆਹ ਦਵਾਈ ਦੇ ਦੋ। ਸਾਡੇ ਕਹਿੰਦੇ ਤੇਰੀ ਤਸੱਲੀ ਵਾਸਤੇ ਤੈਨੂੰ ਟੈਸਟ ਲੈ ਕੇ ਦੇ ਰਹੇ ਹਾਂ, ਪਰ ਤੈਨੂੰ ਆਹ ਬਿਮਾਰੀ ਹੈ। ਉਹ ਟੈਸਟ ਉਹਨਾਂ ਦੀ ਰਿਪੋਰਟ ਆਉਂਦੀ ਤੇ ਕੋਈ ਸਤਸੰਗ ਨਹੀਂ, ਕੋਈ ਮਰਜ਼ ਨਹੀਂ ਪੜਨਾ, ਉਹ ਵੀ ਬਿਮਾਰੀ ਨਹੀਂ ਪੜਨੀ। ਸੋ ਬਹੁਤ ਹੀ ਪਿਆਰ ਵਾਲੇ, ਬੜੇ ਸੁਭਾਅ ਵਾਲੇ, ਜਿੰਨਾ ਸਮਾਂ ਜਿਹਨੇ ਸਵਾਸ ਇਸ ਸੰਸਾਰ ਨੂੰ ਕੂਚ ਕਰ ਗਏ, ਆਈ ਕਰਦੀਆਂ ਨੂੰ ਬੁਲਾਇਆ, ਨਾ ਘਰ ਪੁੱਛੀ, ਨਾ ਮਕਾਨ ਮੁਕਾਇਆ, ਮਰਨ ਲਿਖਾਏ ਮੰਡਲ ਮੇ ਆਏ ਸਤਸੰਗ ਜੀ। ਜਦੋਂ ਜਨਮ ਮਿਲਦਾ ਹੈ ਉਸ ਤੋਂ ਪਹਿਲਾਂ ਮੌਤ ਲਿਖੀ ਜਾਂਦੀ, ਸਹਾਰ ਬਣਿਆ ਜਾਂਦਾ। ਜਨਮ ਦੇਣ ਤੋਂ ਪਹਿਲਾਂ ਮਾਲਕ ਰਜਿਸਟਰ ਦੇ ਵਿੱਚ ਮੌਤ ਦੀ ਡੇਟ ਫਿਕਸ ਕਰ ਦਿੰਦਾ, ਤਰੀਕ ਲਿਖ ਦਿੰਦਾ, ਅਸਥਾਨ ਲਿਖ ਦਿੰਦਾ, ਜਗ੍ਹਾ ਲਿਖ ਦਿੰਦਾ ਤੇ ਕਿਸ ਤਰ੍ਹਾਂ ਤੇਰੀ ਮੌਤ ਹੋਣੀ ਉਹ ਵੀ ਲਿਖ ਦਿੰਦਾ। ਇਸ ਕਰਕੇ ਸਤਸੰਗਤ ਜੀ ਗੁਰਬਾਣੀ ਦਾ ਸ਼ਬਦ ਬਾਬਾ ਫਰੀਦ ਜੀ ਦਾ ਸੁਣ ਰਿਹਾ ਸੀ। ਬਾਬਾ ਜੀ ਆਖਦੇ ਹਨ, ਬਾਗ ਪੈ ਤੇ ਸਰਬ ਦੇ ਕਿਰਲਾ ਮਿਸਰੀ, ਜਿੱਦਾਂ ਕਹਿੰਦੇ ਬਾਗ ਖੇਡਦਾ ਸੀ ਰੱਬ ਦੇ ਬਾਗ ਪੈ ਦੇ, ਬਦਲਾ ਖੇਡਦਾ ਸੀ ਰੱਬ ਦੇ ਭੇਜੇ ਹੋਏ ਬਾਗ ਆਏ। ਜੇ ਬਾਗ ਪੈਂਦੇ ਹਨ ਨਾ ਸਭ ਖੇਡਾਂ ਭੁੱਲ ਜਾਂਦੀਆਂ, ਸੰਸਾਰ ਪਰਿਵਾਰ ਸੱਜਣ ਮਿੱਤਰ ਸਭ ਕੁਝ ਭੁੱਲ ਜਾਂਦਾ ਹੈ, ਉੱਥੇ ਇੱਕੋ ਗੱਲ ਚੇਤੇ ਰਹਿੰਦੀ ਹੈ। ਹਰ ਫਰਮਾਨ ਦਰਗਾਹ ਕਾ ਆਇਆ, ਚੱਲ ਦਰਬਾਰ ਦੀਵਾਨ ਬੁਲਾਇਆ, ਚੱਲ ਦਰਬਾਰ ਦੀਵਾਨ ਬੁਲਾਇਆ, ਕਿਆ ਕਹਿ ਖੱਟਿਆ ਕਹਾਂ ਗਵਾਇਆ, ਚੱਲ ਦਰਬਾਰ ਦੀਵਾਨ ਬੁਲਾਇਆ, ਕੋਈ ਦਫ਼ਤਰ ਵਿੱਚ ਬੁਲਾਇਆ। ਬਾਗ ਪੈ ਸਰਬ ਦੇ ਕਿਰਲਾ ਮਿਸਰੀਆਂ, ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਗੱਲਤੀ। ਸਤਸੰਗਤ ਜਿਵੇਂ ਕਿ ਸਾਡੇ ਸਰਮੁਖ ਸਿੰਘ ਜੀ, ਇਹਨਾਂ ਦੇ ਪਿਤਾ ਜੀ ਗੁਰਨਾਮ ਸਿੰਘ ਜੀ ਤੇ ਭਾਈ ਸਾਹਿਬ ਭਾਈ ਸਰਮੁਖ ਸਿੰਘ ਜੀ ਦੀ ਪਤਨੀ
ਨਰਿੰਦਰ ਕੌਰ ਜੀ ਨੂੰ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਸਾਡੇ ਨਾਲ ਇਹ ਭਾਰਤ ਵਾਪਰ ਜਾਏਗਾ। ਇੰਨੀ ਛੋਟੀ ਉਮਰ ਦੇ ਵਿੱਚ ਇਸ ਵਰਵਾੜੀ ਨੂੰ ਛੱਡ ਕੇ ਚਲੇ ਜਾਣਗੇ। ਸਤਿਗੁਰ ਦੀ ਗੁਰਬਾਣੀ ਵਿੱਚ ਭਗਤ ਜੀ ਦਾ ਇਹ ਸਲੋਕ ਰੱਖਦੇ, ਕਹਿੰਦੇ ਹਨ ਜੋ ਮਨ ਚੇਤਨਾ ਸਲੋਕ ਪਰਿਵਾਰ ਨੇ ਕਦੇ ਸੁਪਨੇ ਵਿੱਚ ਨਹੀਂ ਸੋਚਿਆ ਹੋਵੇਗਾ ਕਿ ਸਾਡੇ ਨਾਲ ਕੀ ਭਾਣਾ ਵਾਪਰ ਜਾਏ। ਕਸ਼ਟ ਤਾਂ ਸਹਿਣਾ, ਪਰ ਆਖਰ ਤੋਂ ਅਸੀਂ ਇਹ ਸਾਰੇ ਕਹਿੰਦੇ ਹਾਂ ਉਸ ਮਾਰਗ ਦਾ ਭਾਣਾ ਸੀ। ਉਹਨਾਂ ਇਹ ਸਲੋਕ ਉਹ ਬਰਲੇ ਦੀ ਬਾਜ ਦੀ ਤੇ ਮੱਛੀ ਦੀ ਖੇਡ ਵੇਖ ਕੇ ਇਹ ਸਲੋਕ ਰਚਨਾ ਕੀਤਾ ਸੀ, ਜੀਵ ਨੂੰ ਸੰਬੋਧਿਤ ਕਰਕੇ, ਜੀਵ ਨੂੰ ਸੰਬੋਧਿਤ ਆਉਣਾ ਜਾਣਾ ਬੜੇ ਹਨ ਸਾਰਿਆਂ ਨੇ ਸੰਸਾਰ ਵਿੱਚ ਜਿਹੜੇ ਆਏ ਹਨ, ਇੱਕ ਦਿਨ ਆਪਣੀ ਵਾਰੀ ਕਰਕੇ ਚਲੇ ਜਾਣਾ। ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਇਹ ਚੱਕਰ ਹੈ ਮਹਾਰਾਜ ਜੀ ਨੇ ਜੰਮਣਾ ਮਰਨਾ ਹੁਕਮ ਦੇ ਵਿੱਚ ਰੱਖਿਆ ਹੈ, ਆਉਣਾ ਜਾਣਾ ਹੁਕਮ, ਜੰਮਣਾ ਮਰਨਾ ਜਿਹੜਾ ਹੁਕਮ ਵਿੱਚ ਹੈ ਮਹਾਰਾਜ ਜੀ ਆ। ਜੀਵ ਜੰਮਦਾ ਹੈ ਫਿਰ ਮਰਦਾ, ਸਿਰ ਜਾਂਦਾ ਸੀ ਮਰਦਾ, ਜੈਸੇ ਹਰ ਮਿੱਟੀ ਮਾਲਾ ਪਿੰਡ ਗਲਤ ਹੈ ਇੱਕ ਸੱਕਣੀ ਇੱਕ ਫੋਰ ਫੇਰ ਹੋਰ ਭਰੀਅਤ ਹੈ। ਐਸੀ ਫਿਰ ਪ੍ਰਸੰਗਾ ਇਹ ਉਸਦੀ ਵਡਿਆਈ। ਸੋ ਸਾਧੂ ਸੱਜੇ ਪਾਤਸ਼ਾਹ ਜੀ ਕਹਿੰਦੇ ਸਿੱਖਾ ਤੇਰੇ ਲਈ ਖੁਸ਼ੀ ਦਾ ਮੌਕਾ ਆਵੇ ਤੂੰ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ, ਸ਼ੁਕਰਾਨਾ ਕਰ, ਤੇਰੇ ਤੇ ਔਕੜ ਬਣੇ ਔਖੀ ਘੜੀ ਬਣੇ, ਤੂੰ ਡੋਲਣਾ ਨਹੀਂ ਹੈ ਤੇਰੀ ਫਿਰ ਵੀ ਅਰਦਾਸ ਸੀ ਤੇਰੇ ਸਾਧੂ ਦੇ ਚਰਨਾਂ ਵਿੱਚ ਹੋਣੀ ਚਾਹੀਦੀ, ਕਿਧਰੇ ਬੜੇ ਪ੍ਰਸਾਰਾਂ ਤੇ ਨਹੀਂ ਜਾਣਾ, ਇੱਕ ਅਰਦਾਸ ਤੇਰੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਹੋਣੀ ਚਾਹੀਦੀ ਹੈ। ਗੁਰਦਾਸ ਪਾਤਸ਼ਾਹੀ ਸ਼ਿਵੀ ਧੰਨ ਧੰਨ ਸਾਧੂ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਹਨ ਇਹਦੇ ਮਨ ਪਿੱਛੋਂ ਕੀ ਕਰਨਾ, ਤੇਰੇ ਵਾਸਤੇ ਕੀ ਹੁਕਮ ਹੈ, ਕੀ ਰੀਤ ਹੈ, ਕੀ ਕਾਨੂੰਨ ਹੈ। ਸਾਧੂ ਜੀ ਆਖਦੇ ਹਨ ਰਿਤੂ ਪਿੱਛੇ ਤੇ ਰੀਤ ਕਰਾਵੋ, ਗੁਰੂ ਗ੍ਰੰਥ ਕਾ ਪਾਠ ਕਰਾਵੋ, ਪਾਪ ਭੋਗ ਰਾਮ ਮਾਲਾ ਪੜ ਕੀਤੇ ਪਾਪ ਜਾਣੇ ਸਭ ਸੜ, ਵਾਹੂ ਵਾਹੂ ਗੁਰਬਾਣੀ ਜਿਸ ਪ੍ਰਸਾਦ ਗੱਲ ਬਾਣੀ ਪ੍ਰਾਣੀ ਗੁਰਬਾਣੀ ਗੱਲ ਕਰਦੀ ਹੈ। ਸੋ ਆਪਾਂ ਸਾਰੇ ਇਸ ਕਾਰਨ ਵਾਸਤੇ ਇਕੱਠੇ ਹੋਏ ਹਾਂ। ਭਾਈ ਸਰਮੁਖ ਸਿੰਘ ਜੀ ਗੁਰੂ ਦੇ ਪਿਆਰੇ, ਜੋ ਜਿੰਨਾ ਵੀ ਜੀਵਨ ਉਹਨਾਂ ਨੇ ਜੀ ਲਿਆ, ਬੜੇ ਪਿਆਰ ਨਾਲ ਜੀ ਲਿਆ, ਬੜੀ ਹੈਲਪਫੁਲ ਸਨ। ਕਿਸੇ ਨੂੰ ਦਵਾਈ ਦੇਣੀ ਹੋਵੇ, ਪੈਸੇ ਨਾ ਆਉਣ ਕਹਿਣ ਭਾਈ ਦਵਾਈ ਦੇ ਦਾ, ਪੈਸੇ ਦੀ ਕੋਈ ਗੱਲ ਨਹੀਂ। ਕਿਸੇ ਦਾ ਇਲਾਜ ਨਾ ਹੁੰਦਾ ਹੋਵੇ ਕਿਸੇ ਹੋਸਪਿਟਲ ਦੇ ਵਿੱਚ, ਇਹ ਉੱਥੇ ਕਹਿਣਾ ਭਾਈ ਇਹਦਾ ਇਲਾਜ ਕਰ ਦਿਓ, ਪੈਸੇ ਮੇਰੇ ਕੰਮ ਦੇ ਵਿੱਚ ਲਿਖ ਦਿਓ, ਪੈਸੇ ਮੈਂ ਦੇ ਦੇਵਾਂਗਾ। ਵਾਸਤੇ ਆਪਾਂ ਸਾਰੇ ਰਲ ਕੇ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਕਰੀਏ, ਬੇਨਤੀ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਉਸ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਓ, ਪਰਿਵਾਰ ਨੂੰ ਭਾਣਾ ਸਹਿਣ ਦੇ ਬਲ ਬਖਸ਼ਿਸ਼ ਕਰਿਓ। ਇਹ ਅਰਦਾਸ ਮਾਰੀ ਸਵਾਮੀ ਵਿਸਰਨਾ ਹੀ ਸੁਖਦਾ ਦੇ। ਆਪਣੇ ਲਈ ਅਸੀਂ ਰੋਜ਼ ਅਰਦਾਸਾਂ ਕਰਦੇ, ਕਹਿੰਦੇ ਜੇ ਕਿਸੇ ਲਈ ਅਰਦਾਸ ਕਰੀਏ ਨਾ ਵੱਡੇ ਉੱਤੇ ਭਾਗੀ ਬਣੀਦਾ ਹੈ, ਤਾਂ ਸਾਧੂ ਅੰਦਰੀ ਗੁਣ ਵੱਡਾ ਹੈ। ਸੋ ਆਪਾਂ ਸਾਰੇ ਅੱਗੇ ਰਲ ਕੇ ਭਾਈ ਸਾਹਿਬ ਡਾਕਟਰ ਸਰਮੁਖ ਸਿੰਘ ਜੀ ਦੇ ਪ੍ਰਤੀ ਸਾਰਿਆਂ ਨੇ ਭਾਈ ਸਾਹਿਬ ਜੀ ਨਾਲ ਰਲ ਕੇ ਅਰਦਾਸ ਬੇਨਤੀ ਕਰਨੀ, ਸਾਧੂ ਰਹਿਮਤ ਕਰਿਓ, ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਓ, ਪਰਿਵਾਰ ਨੂੰ ਭਾਣਾ ਸਹਿਣ ਦੇ ਬਲ ਬਖਸ਼ਿਸ਼ ਕਰਿਓ। ਇਹ ਸਾਰਿਆਂ ਦੇ ਤੋਂ ਅਰਦਾਸ ਕਰਕੇ ਜਾਣੀ, ਸਾਰਿਆਂ ਇਸ ਪੁੰਨ ਦੇ ਭਾਗੀ ਬਣ ਕੇ ਜਾਣ। ਆਓ ਸਤਸੰਗ ਸ਼ਬਦ ਨਾਲ ਜੁੜਨ ਦੀਏ।
ਸਿੰਘ ਜੀ ਸਾਰੇ ਹੀ ਰਲ ਕੇ ਅਨੰਦ ਸਾਹਿਬ ਜੀ ਦਾ ਜਾਪ ਉਪਰੰਤ ਅਰਦਾਸ ਬੇਨਤੀ ਹੋਈ। ਲਿਖਿਆ
ਇਹਾ ਹੁਕਮ ਆਏ ਕਲੇ ਹਰੇ ਨਾਨਕਾ ਸਦੇ ਉਤਰੀ ਜਾਏ ਦੇ ਮਾਲਕ ਅਨੁਸਾਰ ਆਪ ਜੀ ਦੇ ਡਾਕਟਰ ਦੀ ਸੇਵਕ ਡਾਕਟਰ ਸਾਹਿਬ ਹੁਸੈਨ ਖੈਰਾ ਜੀ ਪਾਤਸ਼ਾਹ ਸਾਹਿਬ ਜੀ ਆਪ ਜੀ ਦੇ ਦਰੋਂ ਦਰੋਂ ਜਿਤਨੀ ਆਪ ਜੀ ਲਗੇ ਉਸ ਨੂੰ ਬਹੁਤ ਕਲੋਸ ਰਾਜਮ ਸ੍ਰੀ ਪਾਤਸ਼ਾਹ ਸਾਹਿਬ ਜੀ ਉਹਨਾਂ ਦੀ ਰੂਹ ਦੀ ਸ਼ਾਂਤੀ ਵਾਸਤੇ ਉਹਨਾਂ ਦੇ ਸਰਬੱਤ ਪਰਿਵਾਰ ਵੱਲੋਂ ਮਿਲ ਕਰਕੇ ਪਰਸੋਂ ਦੇ ਰੋਜ਼ ਤੋਂ ਆਪਣੀ ਮਹਿਲ ਦੀ ਧਰਤੀ ਵਾਣੀ ਆਏ ਤੈਨੂੰ ਸਗਲੀ ਜਿੰਦੋ ਲਾਏ ਸ੍ਰੀ ਅਖੰਡ ਪਾਠ ਪ੍ਰਣਾਮ ਕਰਵਾਏ ਸੰਤ ਜੀ ਪਾਤਸ਼ਾਹ ਸਾਹਿਬ ਜੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗਾਂ ਤੋਂ ਪ੍ਰਾਪਤ ਗੁਰਦੁਆਰਾ ਤਪ ਸਥਾਨ ਗੁਰੂ ਬਾਬਾ ਹੰਗਾਲ ਜੀ ਵਿਖੇ ਉਹਨਾਂ ਦੀ ਰੂਹ ਦੀ ਸ਼ਾਂਤੀ ਵਾਸਤੇ ਗੁਰਬਾਣੀ ਦੇ ਕੀਰਤਨ ਇਸ ਬਾਣੀ ਦਾ ਭਾਵ ਉਸ ਵਿਸ਼ੇ ਕਰਨਾ ਵਿਸ਼ੇ ਆਪਣੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ ਕਰਨਾ ਪਿੱਛੇ ਪਰਿਵਾਰ ਨੂੰ ਭਾਣਾ ਮਮਤਾ ਵੱਲ ਬਖਸ਼ ਕਰਨਾ ਪਰਿਵਾਰ ਦੇ ਸਿੱਧੇ ਮੇਹ ਭਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਸਾਹਿਬ ਜੀ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਰੱਬ ਦੇ ਪੰਚਮ ਕੜਾ ਪ੍ਰਸ਼ਾਦੀਆਂ ਲਈਆਂ ਹਾਜ਼ਰਾਂ ਆਦਿ ਕੇ ਦਰ ਪ੍ਰਵਾਨ ਹੋਣ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਆਏ ਸਾਧ ਸੰਗਤ ਵਿੱਚ ਵਰਤਾਉਣ ਲਈ ਆ ਗਿਆ ਸੱਚੇ ਪਾਤਸ਼ਾਹ ਸਾਹਿਬ ਜੀ ਜੋ ਆਏ ਭਾਈ ਆਪ ਜੀ ਦੇ ਦਰ ਤੇ ਢਿੱਲ ਹੋਰ ਭੇਟਾ ਲੈ ਕੇ ਆ ਕੇ ਵੀ ਸਾਧੀਆਂ ਭੇਟਾ ਪ੍ਰਵਾਨ ਕਰ ਲਈਆਂ ਆਪ ਜੀ ਦੇ ਦਰੋਂ ਕਰਮ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ ਕਰਨਾ ਸੱਚੇ ਪਾਤਸ਼ਾਹ ਸਾਹਿਬ ਜੀ ਬ੍ਰਿਤਰ ਹੁਕਮ ਨਾਮੇ ਬਖਸ਼ਿਸ਼ ਕਰੋ ਬ੍ਰਿਤਰ ਹੁਕਮ ਨਾਮੇ ਤੇ ਚਰਨ ਦੀ ਸਮਰੱਥਾ ਬਖਸ਼ੋ ਸੇਹੀ ਪਿਆਰੇ ਮਿਲੋ ਜਿਨ੍ਹਾਂ ਦੇ ਆਪ ਜੀ ਕਾ ਨਾਮ ਚੇਤੇ ਆਵੇ ਨਾਨਕ ਨਾਮ ਜਪੇ ਕਾ ਤੇਰੇ ਭਾਣੇ ਸਮਤ ਨਾਮ ਪਰਿਆ ਕਾਲ ਕੀ ਪਰਿਆ ਪਰਮਾਤਮਾ ਕਿਰਪਾ ਕਰ
ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਾਣਾ ਮੰਨਣ ਦਾ ਬਲ ਬਖਸ਼ਣ ਜੀ, ਕਿਉਂਕਿ ਸਾਰਿਆਂ ਨੂੰ ਉਹਦੇ ਆਚਾਰਾਂ ਵਿਚਾਰਾਂ ਬਾਰੇ ਪਤਾ ਸੀ ਕਿ ਡਾਕਟਰ ਸਾਹਿਬ ਗਿਰੋ ਜੀ ਸਨ ਬਹੁਤ ਪ੍ਰੇਮੀ ਪੁਰਸ਼ ਇੱਥੇ ਆ ਕਰਕੇ ਥੋੜ੍ਹੇ ਚਿਰਾਂ 'ਚ ਇੰਨੇ ਲੋਕਾਂ 'ਚ ਪ੍ਰੇਮ ਹੋ ਗਿਆ ਕਿ ਅਤਿਅੰਤ ਤਾਂ ਉਹਦਾ ਪ੍ਰੇਮ ਸੀਗਾ ਸਾਰਿਆਂ ਨਾਲ, ਅਤੇ ਬਾਕੀ ਜੋ ਪਰਮਾਤਮਾ ਨੂੰ ਮਨਜ਼ੂਰ ਹੈ ਉਹ ਹੋ ਜਾਂਦਾ ਹੈ। ਔਰ ਸਾਡੇ ਵੱਲੋਂ ਸਰਦਾਰ ਗੁਰਦਾਸ ਸਿੰਘ ਦੇ ਪਰਿਵਾਰ ਨਾਲ ਜਿੰਨੀ ਵੀ ਸੰਗਤਾਂ ਰਿਸ਼ਤੇਦਾਰ ਆਏ ਹਨ ਉਹਨਾਂ ਨੇ ਦੁੱਖ ਵਿਸਾਂ ਕੀਤੀ ਹੈ, ਸਾਰਿਆਂ ਦਾ ਭਾਈ ਧੰਨਵਾਦ ਹੈ ਜਿਹੜੇ ਇੱਥੇ ਆਏ ਹਨ, ਕਿਉਂਕਿ ਆ ਸਰਦਾਰ ਪ੍ਰਤਾਪ ਸਿੰਘ ਡੀ ਐੱਸ ਪੀ ਜਿਹੜੇ ਜੀ ਲੱਗੇ ਹੋਏ ਹਨ ਉਹ ਵੀ ਆਏ, ਥੋੜ੍ਹੇ ਦਿਨ ਹੋਏ ਸਰਦਾਰ ਵਿਕਰਮ ਸਿੰਘ ਕੋਟਲਾ ਵੀ ਆਏ ਹੋਏ ਹਨ, ਸਾਰੇ ਹੀ ਚੰਗੇ ਚੰਗੇ ਸੱਜਣਾਂ ਨਾਲ ਚੰਗੇ ਚੰਗੇ ਅਫੀਸਰਾਂ ਦੇ ਨਾਲ ਇਸ ਇਨਸਾਨ ਦਾ ਮਿਲਾਪ ਸੀ ਔਰ ਚੰਗੇ ਬੰਦਿਆਂ ਨਾਲ ਰਹਿਣਾ ਕਰਦਾ ਸੀਗਾ। ਅੱਜ ਦਾ ਸਵਾਸ ਸੀ ਪਰਮਾਤਮਾ ਕਿਰਪਾ ਕਰਨ ਕਿ ਜੋ ਸਦੀਵੀ ਸੋੜਾ ਦੇ ਕੇ ਗਏ ਹਨ ਉਹ ਸਹਿਤ ਚੰਦਨ ਦਾ ਜੋ ਬੱਚਿਆਂ ਨੂੰ ਔਰ ਭੈਣ ਜੀ ਨੂੰ ਮਾਤਾ ਪਿਤਾ ਨੂੰ ਜੋ ਅੱਜ ਘਾਟ ਪਈ ਹੈ ਉਹ ਪੂਰੀ ਨਹੀਂ ਕਰੀ, ਇਹਨਾਂ ਦੇ ਜਨਮ ਵਿੱਚ ਹੋ ਸਕਦੀ ਕਿਰਪਾ ਕਰਨ ਪਰਮਾਤਮਾ ਇਹਨਾਂ ਨੂੰ ਬਲ ਬੁੱਧੀ ਬਖਸ਼ਣ ਔਰ ਬੱਚਾ ਹਰ ਸਿਮਰਨ ਨੂੰ ਅਤੇ ਕਿਰਪਾ ਕਰਨ ਕਿ ਬੁੱਧੀਮਾਨ ਬੱਚਾ ਨਿਕਲੇ। ਉਹਨੂੰ ਹੁਣ ਕਹਾਂਗੇ ਕਿ ਦਰਬਾਰ ਸਾਹਿਬ ਲੈ ਕੇ ਆਵੇ ਬੱਚਾ, ਉਹ ਆ ਕਰਕੇ ਨੰਬਰ ਉਹਦੇ ਬਾਰੇ ਪਤਾ ਨਹੀਂ, ਉਹ ਕਹਿ ਦਿੰਦਾ ਮੇਰੀ 40 ਸਾਲ ਦੀ ਉਮਰ ਹੈਗੀ, 40 ਸਾਲ ਦਾ ਮੌਕਾ ਮੈਨੂੰ ਜੀ ਨਹੀਂ, ਜੋ ਭੈਣ ਜੀ ਸਬੂਤ ਬੈਠੇ ਉਹਨਾਂ ਨੂੰ ਪੁੱਛ ਲਓ ਉਹਨਾਂ ਨੂੰ ਕਹਿੰਦਾ ਹੈ। ਇੱਥੇ ਤਾਂ ਚਲੋ ਬਹੁਤ ਨੇਚਰ ਦਾ ਸੀ, ਬਹੁਤ ਗੱਲਾਂ ਬਾਤਾਂ ਕਰਦੇ ਰਹਿੰਦੇ ਸੀਗੇ। ਨਮਸਕਾਰ ਕਰੋ ਬੇਟਾ ਦਰਬਾਰ ਸਾਹਿਬ, ਦੇਖੋ ਜੋ ਰਸਮ ਹੈ ਕੋਈ ਪਗੜੀ ਆਈ ਇਹਦੇ ਸਿਰ 'ਤੇ ਰੱਖੀ ਜਾਵੇ, ਕੋਈ ਕੋਈ ਨਹੀਂ ਤੁਸੀਂ ਫੇਰ ਰਹੇ ਹੋ ਬਿਹਾਰ ਹੈ ਪਰਮਾਤਮਾ ਦੀ ਰਜਾ ਕਰਨਾ ਹੈ। ਸੋ ਸਾਰਿਆਂ ਨੂੰ ਕੋਈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਹੀ ਜੋ ਉਹਨਾਂ ਦੇ ਵਿੱਚ ਲੰਗਰ ਪਾਣੀ ਬਣਿਆ ਹੈ ਸਾਰੇ ਸਕੇ ਜਾਣ ਦੀ ਮੈਂ ਬੇਨਤੀ ਕਰਾਂਗਾ ਕਿ ਗ੍ਰੰਥ ਸਿੰਘ ਸਾਰੇ ਦੇ ਜਾਣ ਜਾਣੇ ਕਰਕੇ ਪ੍ਰਸਾਦ ਵਰਤਾਇਆ ਜਾਵੇ ਜੀ, ਔਰ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਸਮੂਹ ਪਰਿਵਾਰ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਸਾਰਿਆਂ ਨੇ ਹੀ ਲੰਗਰ ਪ੍ਰਸ਼ਾਦਾ ਛੱਕ ਕੇ ਜਾਣਾ। ਵਾਹਿਗੁਰੂ ਜੀ ਕੀ ਫਤਿਹ।